ਅੱਗੇ ਵਧਦੇ ਤੇ ਹੁਣ ਤੁਹਾਨੂੰ ਹਰਿਆਣਾ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਆ। ਹਿਸਾਰ ਦੇ ਵਿੱਚ ਬੈਂਕਾਂ ਦੇ ਬਾਹਰ ਕਤਾਰਾਂ ਹੁਣ ਪਹਿਲਾਂ ਦੀ ਤਰ੍ਹਾਂ ਲੰਬੀਆਂ ਨਹੀਂ ਰਹੀਆਂ, ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ। 8 ਨਵੰਬਰ ਨੂੰ ਪੀਐਮ ਮੋਦੀ ਦੇ ਐਲਾਨ ਤੋਂ ਬਾਅਦ ਵੱਡੇ ਨੋਟ ਬੰਦ ਹੋਣ ਕਰਕੇ ਜਿਹੜੀਆਂ ਦਿੱਕਤਾਂ ਸ਼ੁਰੂ ਹੋਈਆਂ ਸਨ ਉਹਨਾਂ ਵਿੱਚ ਹੌਲੀ ਹੌਲੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਹਿਸਾਰ ਵਿੱਚ ਸਰਕਾਰੀ ਬੈਂਕਾਂ ਦੇ ਬਾਹਰ ਕਤਾਰਾਂ ਛੋਟੀਆਂ ਹੋ ਰਹੀਆਂ ਨੇ, ਜਦਕਿ ਨਿੱਜੀ ਬੈਂਕਾਂ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਨਾਲ ਆਮ ਵਰਗੇ ਨੇ। ਲੋਕਾਂ ਨੇ ਵੀ ਮੰਨਿਆ ਕਿ ਹੁਣ ਕੈਸ਼ ਮਿਲਣਾ ਸ਼ੁਰੂ ਹੋ ਚੁੱਕਿਆ ਅਤੇ ਪੈਸੇ ਬਦਲਵਾਉਣ ਜਾਂ ਲੈਣ ਦੇ ਲਈ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈ ਰਹੀ। ਪਹਿਲੇ ਬਹੁਤ ਜ਼ਿਆਦਾ ਲੰਬੀ ਲਾਈਨ ਥੀ, ਲਾਈਨਾਂ ਮੇਂ ਕਤਾਰਾਂ ਮੇਂ ਖੜਾ ਰਹਿਣਾ ਪੜਤਾ ਥਾ ਘੰਟੇ ਘੰਟੇ, ਤਿੰਨ ਤਿੰਨ ਘੰਟੇ। ਅਭੀ ਬੈਂਕ ਮੇਂ ਜਾਤੇ ਹੈ, ਡਾਇਰੈਕਟ ਕਾਮ ਕਰਵਾਤੇ ਹੈ, ਵਾਪਿਸ ਆ ਜਾਤੇ ਹੈ, ਕਿਸੇ ਪ੍ਰਕਾਰ ਕੀ ਦਿੱਕਤ ਮਹਿਸੂਸ ਨਹੀਂ ਹੋ ਰਹੀ। ਜਿਸਕੇ ਪਾਸ ਚੈੱਕ ਹੈ ਖੁਦ ਕਾ ਅਕਾਊਂਟ ਕਾ, ਉਸਕੋ 10,000 ਰੁਪਏ ਇੱਕ ਹਫਤੇ ਮੇਂ 20,000 ਰੁਪਏ ਆਰਾਮ ਸੇ ਦੇਣ ਲੱਗ ਰਹੇ ਹੈ, ਪਹਿਲੇ ਸੇ ਤੋ ਕਮ ਹੈ। ਗੇਹੂੰ ਕੀ ਬਿਜਾਈ ਸ਼ੁਰੂ ਹੋਣੀ ਹੈ, ਗੇਹੂੰ ਕਾ ਸੀਜ਼ਨ ਸ਼ੁਰੂ ਹੋਣਾ ਹੈ, ਉਸਕੇ ਲਈ ਗੇਹੂੰ ਕਾ ਬੀਜ ਹੋ, ਯੂਰੀਆ ਹੋ, ਡੀਏਪੀ ਹੋ ਜਾਂ ਫਿਰ ਜ਼ਿੰਕ ਹੋ, ਉਸਕੀ ਖਰੀਦ ਫਰੋਖਤ ਧੜੱਲੇ ਸੇ ਹੋ ਰਹੀ ਹੈ। ਹਿਸਾਰ ਕੇ ਅਨਾਜ ਮੰਡੀ ਕਾ ਆਪ ਨਜ਼ਾਰਾ ਦੇਖ ਸਕਤੇ ਹੈਂ, ਯਹਾਂ ਕੀ ਚਹਿਲ ਕਦਮੀ ਦੇਖ ਸਕਤੇ ਹੈਂ, ਬੜੀ ਤਾਦਾਦ ਮੇਂ ਕਿਸਾਨ ਯਹਾਂ ਪਰ ਪਹੁੰਚ ਰਹੇ ਹੈਂ, ਚਾਹੇ ਦੁਕਾਨੇ ਹੋ, ਸਰਕਾਰੀ ਖਰੀਦ ਏਜੰਸੀਆਂ ਹੋ, ਵਹਾਂ ਸੇ ਖਾਦ ਔਰ ਬੀਜ ਕੋ ਖਰੀਦਾ ਜਾ ਰਹਾ ਹੈ। ਫਰਕ ਸਿਰਫ ਇਤਨਾ ਪੜ ਗਿਆ ਹੈ ਕਿ ਪਹਿਲੇ ਜੋ ਜ਼ਿਆਦਾਤਰ ਪੇਮੈਂਟ ਹੋਤੀ ਥੀ, ਖਰੀਦ ਫਰੋਖਤ ਕਾ ਕਾਮ ਹੋਤਾ ਥਾ, ਵੋ ਨਕਦ ਮੇਂ ਹੋਤਾ ਥਾ, ਲੇਕਿਨ ਅਬ ਜ਼ਿਆਦਾਤਰ ਉਧਾਰੀ ਸੇ ਕਾਮ ਚਲ ਰਹਾ ਹੈ। ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੱਲਿਆ, ਅਜਿਹੇ ਵਿੱਚ ਖਾਦ ਅਤੇ ਬੀਜ ਦੇ ਲਈ ਕਿਸਾਨ ਲਗਾਤਾਰ ਹਿਸਾਰ ਅਨਾਜ ਮੰਡੀ ਪਹੁੰਚ ਰਹੇ ਨੇ। ਪਰ ਆਪਸੀ ਮੇਲਜੋਲ ਦੇ ਚੱਲਦਿਆਂ ਕੈਸ਼ ਦੀ ਕਮੀ ਦੀ ਦਿੱਕਤ ਨਹੀਂ ਆ ਰਹੀ। ਕਿਸਾਨ ਅਤੇ ਦੁਕਾਨਦਾਰ ਆਪਸ ਵਿੱਚ ਖੁੱਲ੍ਹ ਕੇ ਸਹਿਯੋਗ ਕਰ ਰਹੇ ਨੇ। ਕਿਸਾਨਾਂ ਦੀ ਮੰਨੀਏ ਤਾਂ ਵੱਡੇ ਲੋਕਾਂ ਨੂੰ ਦਿੱਕਤ ਜ਼ਰੂਰ ਹੋਈ ਹੋਵੇਗੀ, ਪਰ ਉਹ ਪੀਐਮ ਮੋਦੀ ਦੇ ਫੈਸਲੇ ਤੋਂ ਖੁਸ਼ ਨੇ। ਕੋਈ ਪਰੇਸ਼ਾਨੀ ਨਹੀਂ ਆ ਰਹੀ? ਨਹੀਂ, ਕੋਈ ਪਰੇਸ਼ਾਨੀ ਨਹੀਂ, ਪਰੇਸ਼ਾਨੀ ਤਾਂ ਹੈ ਫਿਰ ਦੋ ਚਾਰ ਦਿਨ ਹੀ ਹੈ। ਇਹ ਜੀ ਸਰਕਾਰੀ ਦੁਕਾਨਾਂ ਮਿਲ ਜਾ ਹੈ, ਉਹ ਨੋਟਾਂ ਦਾ ਹੀ ਕੋਈ ਦਿੱਕਤ ਕੋਈ, ਬੈਂਕ ਮੈਂ ਖਾਤ ਮਿਲ ਜਾ ਹੈ, ਖੇਤੀਬਾੜੀ ਕਾ ਕੰਮ ਰੁਕ ਨਹੀਂ ਰਹਾ, ਕੌਣ ਰੁਕ ਰਹੇ, ਥੋੜੀ ਮੋਟੀ ਦਿੱਕਤ ਸੀ, ਦੋ ਚਾਰ ਦਿਨ ਮੈਂ ਹੋ ਜਾਏਗੀ। ਹਲੇ ਮੋਦੀ ਜੀ ਬੜੀਆ ਕੰਮ ਕਰੇ ਹੈ, ਜੋ ਹਮਾਰੇ ਜਾਨ ਪਛਾਣ ਕੇ ਹੈ, ਅਲੀਆ ਮੰਡੀ ਕੇ ਅੰਦਰ 250-300 ਦੁਕਾਨੇ ਹੈ, ਵੋ ਜ਼ਿੰਮੇਵਾਰੀ ਲੇਤਾ ਸਭ ਕੋ ਉਤਾਰ ਦੇ ਰਹੇ। ਜ਼ਾਹਿਰ ਤੌਰ ਪਰ ਜਬ ਨੋਟ ਬੰਦ ਹੋ ਗਏ ਹੈ, ਪੁਰਾਣੇ ਨੋਟ ਨਹੀਂ ਚੱਲ ਰਹੇ ਹੈ, ਤੋ ਐਸੇ ਮੇਂ ਕਿਸਾਨ, ਆੜ੍ਹਤੀ ਔਰ ਜੋ ਦੁਕਾਨਦਾਰ ਹੈ ਜਾਂ ਫਿਰ ਖਰੀਦ ਏਜੰਸੀਆਂ ਹੈ, ਆਪਸ ਮੇਂ ਮੈਨੇਜ ਕਰ ਰਹੇ ਹੈ, ਜਾਨ ਪਹਿਚਾਣ ਕਾ ਵੀ ਇਸਸੇ ਫਾਇਦਾ ਹੋ ਰਹਾ ਹੈ, ਔਰ ਕੋਸ਼ਿਸ਼ ਯੇ ਹੈ ਕਿ ਕਿਸੀ ਵੀ ਤਰੀਕੇ ਸੇ ਖੇਤੀਬਾੜੀ ਕਾ ਕਾਮ ਨਾ ਰੁਕੇ। ਔਰ ਫਿਲਹਾਲ ਕਿਸਾਨ ਵੀ ਮਾਨਤੇ ਹੈ, ਏਕ ਦੋ ਚਾਰ ਦਿਨ ਕਾਮ ਥੋੜ੍ਹਾ ਬਹੁਤ ਲੇਟ ਜ਼ਰੂਰ ਹੋ ਜਾਤਾ ਹੈ, ਲੇਕਿਨ ਉਸਸੇ ਖੇਤੀ ਕੋ ਨੁਕਸਾਨ ਹੋਣੇ ਵਾਲਾ ਨਹੀਂ ਹੈ। ਕੈਮਰਾਮੈਨ ਰਾਜੇਂਦਰ ਕੇ ਸਾਥ ਮਹਿੰਦਰ ਸਿੰਘ, ਜ਼ੀ ਮੀਡੀਆ, ਹਿਸਾਰ।